ਮੰਗਲਵਾਰ ਨੂੰ ਵਿਧਾਨ ਸਭਾ ਹਲਕਾ ਗੁਰਦਾਸਪੁਰ ਤੋਂ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਗੁਰਬਚਨ ਸਿੰਘ ਬੱਬੇਹਾਲੀ ਨੇ ਵੀ ਆਪਣੇ ਨੋਮੀਨੇਸ਼ਨ ਫਾਈਲ ਕੀਤੇ। ਇਸ ਦੌਰਾਨ ਉਹਨਾਂ ਦੇ ਨਾਲ ਵੱਡੀ ਗਿਣਤੀ ਵਿੱਚ ਉਹਨਾਂ ਦੇ ਸਮਰਥਕ ਉੱਥੇ ਪਹੁੰਚੇ ਹੋਏ ਸਨ। ਅਖਲਾ ਜਿਹੜੇ ਕੀਤੇ ਨੇ ਬਿਲਕੁਲ ਹੀ ਚੋਣ ਜ਼ਾਬਤੇ ਦੀ ਮਤਲਬ ਹਦੂਦ ਦੇ ਜੋ ਵੀ ਕਾਨੂੰਨੀ ਤੌਰ ਤੇ ਬੰਦੇ ਮੈਂ ਚਾਰ ਕੀ ਨਾਲ ਲਿਆਂਦੇ ਨੇ ਤੇ ਇੱਥੇ ਕੋਈ ਬੋਰੀ ਸ਼ੋਅ ਕਰਨ ਦੀ ਲੋੜ ਨਹੀਂ। ਲੋਕਾਂ ਨੂੰ ਬੜੀ ਸਮੱਸਿਆ ਪੈਂਦੀ ਆ ਟ੍ਰੈਫਿਕ ਦੀ ਤੇ ਪਰਸੋਂ ਅਸੀਂ ਖੰਡਪੜ ਸਾਹਿਬ ਦੇ ਘਰ ਜੋ ਭੂਕ ਪਾਏ ਸੀ 4-5 ਹਜ਼ਾਰ ਬੰਦਾ ਤੁਸੀਂ ਵੇਖਿਆ ਵੀ ਅਸੀਂ ਅਰਦਾਸ 'ਚ ਸ਼ਾਮਿਲ ਕਰਕੇ ਹੋਰ ਆਸਰਾ ਲਿਆ ਸੀ ਅਤੇ ਇੱਥੇ ਅਸੀਂ ਉਨੇ ਕੁ ਬੰਦੇ ਹਾਂ ਦੋ ਤਿੰਨ ਜਿਹੜੇ ਨਾਲ ਚਾਰ ਕੁ ਅਤੇ ਬਾਕੀ ਚੋਣ ਜਿਹੜੀ ਸਾਡੀ ਚੱਲ ਰਹੀ ਹੈ ਉਹ ਤੁਹਾਨੂੰ ਪਤਾ ਹੀ ਹੈ ਮੇਰੇ ਕੋਲ ਕੀ ਪੁੱਛਣਾ ਆ। ਹੰਗਾਰਾ ਵੇਖੋ ਜੀ ਮੀਟਿੰਗਾਂ ਡੈਰੀ ਭਰੀ ਆ ਸਾਡੇ ਕੋਲ ਜਾਇਆ ਨਹੀਂ ਜਾ ਰਿਹਾ। ਰੋਜ਼ ਮੈਂ 16 ਮੀਟਿੰਗਾਂ ਕਰਨਾ 10 ਮੈਂ 12 ਮੈਂ ਪਿੰਡਾਂ 'ਚ ਕਰਨਾ 4 ਕੁ ਸ਼ਹਿਰ 'ਚ ਕਰੀ ਅਤੇ ਇਹਦੇ ਨਾਲ ਨਾਲ ਬੜੀਆਂ ਭਰਵੀਆਂ ਮੀਟਿੰਗਾਂ ਨੇ ਜਿਹੜੇ ਸਾਡੇ ਬੰਦੇ ਨਾਲ ਜੇ ਆਉਂਦੇ ਵੀ ਨੇ ਕੋਈ ਮਿਲਦੇ ਤਾਂ ਉਹ ਨਹੀਂ ਮੈਂ ਅੱਗੇ ਬਹਿਣ ਦਿੰਦਾ ਜਿਹੜੇ ਮਹੱਲੇ ਦੀ ਪਿੰਡ ਦੀ ਉੱਥੇ ਹੁੰਦਾ ਅਤੇ ਦੂਜਿਆਂ ਨੇ ਨਾਲ ਹੀ 2-250 ਬੰਦਾ ਰੱਖਿਆ ਅਤੇ ਉਹ ਤੁਹਾਡੇ ਭਰਾ ਨੇ ਜਿਹੜੇ ਫਿਰ ਕਰ ਦਿੰਦੇ ਨੇ ਅਖਬਾਰਾਂ 'ਚ ਵੀ ਬੜੀ ਵੱਡੀ ਮੀਟਿੰਗ ਹੋਈ ਆ।